ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਮੈਂ ਹਰਕੀਤ ਕੌਰ, ਆਪਣੇ ਚੈਨਲ 'ਤੇ ਸਵਾਗਤ ਹੈ। ਅਸੀਂ ਸਾਰੇ ਠੀਕ ਠਾਕ ਹਾਂ ਜੀ, ਵਾਹਿਗੁਰੂ ਦੀ ਕਿਰਪਾ ਨਾਲ। ਤੁਸੀਂ ਸਾਰੇ ਠੀਕ ਹੋਵੋਗੇ। ਜਿਹੜਾ ਟਾਈਮ ਹੈਗਾ 4 ਵੱਜ ਚੁੱਕੇ ਨੇ। ਆਪਾਂ ਕਰਦੇ ਹਾਂ ਜੀ ਸਬਜ਼ੀ ਦੀ ਤਿਆਰੀ। ਅੱਜ ਵਲੋਗ ਵੀ ਹੋਣੀ ਸ਼ੁਰੂ ਹੋਇਆ 4 ਵਜੇ। ਦੇਖੋ ਸਿਰੇ ਚੜੂ, ਖੱਲ ਨੂੰ ਚੜੂ, ਅਤੇ ਆਪਾਂ ਧਰਾਂਗੇ ਜੀ ਆਲੂ ਪਕੌੜਿਆਂ ਦੀ ਸਬਜ਼ੀ ਬਣਾਵਾਂਗੇ। ਅਤੇ ਮਸਾਲਾ ਗ੍ਰੈਂਡ ਕੀਤਾ ਜੀ, ਅਦਰਕ, ਲਸਣ, ਪਿਆਜ, ਅਤੇ ਹੁਣ ਟਮਾਟਰ ਗ੍ਰੈਂਡ ਨਹੀਂ ਹੋਇਆ, ਵਿੱਚ ਮੈਂ ਬਰੀਕ ਕੱਟ ਕੇ ਪਾ ਦਿੱਤਾ। ਇੱਧਰ ਮਸਾਲਾ ਭੁੱਜਦਾ ਆਪਣਾ, ਅਤੇ ਜਿਹੜੇ ਆਪਾਂ ਪਕੌੜੇ ਬਣਾਏ ਨੇ ਉਹ ਘਰ ਬਣਾਏ ਨੇਗੇ। ਬੇਸਣ ਆਪਣਾ ਵਾਧੂ ਪਿਆ ਸੀ, ਸੁਣਨਾ ਬਹੁਤ ਵਧੀਆ। ਕੱਲ ਭੈਣਾਂ ਨੇ ਕਮੈਂਟ ਕੀਤਾ ਸੀਗਾ ਵੀ ਦੀਦੀ ਤੁਸੀਂ ਬੇਸਣ ਫਰਿੱਜ ਦੇ ਵਿੱਚ ਕਿਉਂ ਰੱਖਿਆ ਹੈਗਾ। ਦੀਦੀ ਮੈਂ ਬੇਸਣ ਨਾ ਸਾਡੇ ਵਾਧੂ ਪਿਆ ਹੈਗਾ, ਅਤੇ ਜੇ ਹੁਣ ਬਾਹਰੇ ਰੱਖਦੇ ਹਾਂ ਨਾ ਜੀ ਪਾਈ ਜਾਂਦੇ ਨੇਗੇ ਬੇਸਣ ਦੇ ਵਿੱਚ। ਇਹ ਤਾਂ ਪੁੱਤ ਪਕਾਉਣ ਵਾਲੇ ਨੇ ਫਿਰ ਖਾ ਲਈ। ਬੇਸਣ ਦੇ ਵਿੱਚ ਜੀ ਪਾਏ ਜਾਂਦੇ ਨੇਗੇ, ਹੜ ਜਮਾ ਕੱਚੇ ਨੇ, ਬੇਸਣ ਦੇ ਵਿੱਚ ਜੀ ਪਾਏ ਜਾਂਦੇ ਨੇਗੇ, ਇਸ ਕਰਕੇ ਫਰਿੱਜ ਵਿੱਚ ਖਰਾਬ ਨਹੀਂ ਹੁੰਦਾ। ਪਹਿਲਾਂ 6 ਮਹੀਨੇ ਪਿਆ ਰਹੇ, 2-3 ਮਹੀਨੇ ਹੋ ਗਏ ਜਦੋਂ ਗੁਰਾਦਰ ਹੋਇਆ ਸੀ, ਔਰ ਪਕੌੜਿਆਂ ਲਈ ਬੇਸਣ ਲਿਆਂਦਾ ਸੀਗਾ। ਉਹ ਜਿਹੜੀ ਚੀਜ਼ ਵੀ ਬਚ ਰਹਿੰਦੀ ਅਸੀਂ ਫਿਰ ਅੱਧੋ ਅੱਧ ਕਰ ਲੈਣੇ ਦੋਨੇ, ਘਰ ਸਾਂਝੀ ਚੀਜ਼ ਆਉਂਦੀ ਹੈ ਹੈ ਨਾ। ਅਤੇ ਉਹ ਨਾ ਬੇਸਣ ਪਿਆ ਹੈਗਾ ਪਕੌੜਿਆਂ ਦੀ ਸਬਜ਼ੀ, ਸਰਦਾਰ ਜੀ ਘੱਟ ਖਾਂਦੇ ਨੇਗੇ ਅਤੇ ਅਸੀਂ ਪਕੌੜੇ ਘੱਟ ਬਣਾਉਣੇ ਹੈਗੇ, ਅਤੇ ਪਕੌੜੇ ਨਾ ਕਰ ਲਾਂਗੇ ਆਪਾਂ ਹੁਣ ਸਰਦ ਗਰਮੀ 'ਚ। ਹੁਣ ਮੀਂਹ ਮੂੰਹ ਆਇਆ ਕਰੂ, ਪਕੌੜੇ ਬੱਚਿਆਂ ਨੂੰ ਰੈਸਪੀਆਂ ਬਣਾਵਾਂਗੇ ਪਕਈ। ਅਤੇ ਇੱਧਰ ਮੈਂ ਤੇਲ ਧਰ ਰੱਖਿਆ ਗਰਮ, ਇਹਦੇ ਵਿੱਚ ਆਪਾਂ ਪਕੌੜੇ ਪਾਉਣੇ ਹਨ। ਇਹ ਆਪਾਂ ਆਟਾ ਗੁੰਨ ਲਿਆ ਸੀ, ਆਟਾ ਗੁੰਨ ਕੇ ਥੋੜ੍ਹਾ ਥੋੜ੍ਹਾ ਲੂਣ ਮਿਰਚ ਪਾ ਲਿਆ, ਥੋੜ੍ਹਾ ਥੋੜ੍ਹਾ ਲੂਣ ਮਿਰਚ ਪਾ ਕੇ ਆਪਾਂ ਨੇ ਪਕੌੜੇ ਬਣਾ ਲਏ। ਅਤੇ ਇਹਨੂੰ ਆਪਾਂ ਨਾ ਬਾਹਲੇ ਨਹੀਂ ਉਹ ਕਰਦੇ ਹੈਗੇ, ਪਕਾਉਂਦੇ ਹੈਗੇ, ਥੋੜ੍ਹੇ ਹੀ ਪਕਾਵਾਂਗੇ। ਅਤੇ ਥੋੜ੍ਹੇ ਜਿਹੇ ਐਂ ਪਕਾਵਾਂਗੇ ਫਿਰ ਸਬਜ਼ੀ ਬਾਹਲੀ ਕਾੜੀ ਜੀ ਹੋਣੀ, ਅਤੇ ਬਾਹਲਾ ਸੇਕ ਨਹੀਂ ਲਵਾਉਂਦੇ ਆਪਾਂ। ਜਿਹੜੇ ਗੁਰਮਨ ਸੁਖਮਨ ਕਹਿੰਦੇ ਆ ਦੋ ਚਾਰ, ਉਹਨਾਂ ਨੂੰ ਵੱਧ ਸੇਕ ਲਗਾ ਲਾਂਗੇ। ਅਤੇ ਮੈਂ ਦੋ ਛੇਤੀ ਧਰ ਰੱਖੇ ਨੇ, ਕਿਉਂਕਿ ਇੱਧਰ ਮੈਂ ਮੇਰਾ ਮਸਾਲਾ ਪੱਕ ਜੂਗਾ। ਅਤੇ ਅੱਜ ਨਾ ਰੇਤਾ ਰਾਵਾ ਜਾਂ ਬਾਹਰ ਡਿੱਗੀ ਜਾਂਦਾ, ਇੱਕ ਬਾਹਰ ਮੱਖੀਆਂ ਵਾਲੀਆਂ, ਤਾਂ ਕਰਕੇ ਮੈਂ ਕੁਕਿੰਗ ਆਪਣੀ ਅੰਦਰਲੀ ਰਸੋਈ 'ਚ ਕਰਦੀ ਹਾਂ ਅੱਜ। ਅਤੇ ਬਾਹਰੇ ਮੱਖੀਆਂ ਵਾਲੀਆਂ ਡਿੱਗੀ ਜਾਂਦੀ, ਮੱਖੀਆਂ ਨੇ ਰੀਨ ਜੀ ਵਾਹਲੀ ਡਿੱਗੀ ਜਾਂਦੀ ਹਵਾ ਨਾਲ, ਰੇਤਾ ਰਾਵਾ ਜਾਂ ਹਵਾ ਤੇਜ਼ ਚੱਲ ਰਹੀ ਹੈ ਜੀ। ਅਤੇ ਹੋਰ ਤਾਂ ਕੋਈ ਗੱਲ ਨਹੀਂ ਭੈਣੇ, ਅਤੇ ਬਸ ਇਸ ਕਰਕੇ ਬੇਸਣ ਆਪਾਂ ਨੇ ਵਿੱਚ ਰੱਖ ਰੱਖਿਆ, ਇਹ 'ਚ ਆਪਣਾ ਸਾਰਾ ਮਸਾਲਾ ਪਾਇਆ ਹੋਇਆ ਗਾ। ਆਹ ਥਾਲ ਧੋ ਦਾਂਗੇ ਥਾਲ, ਅਤੇ ਇਹਦੇ ਵਿੱਚ ਆਪਾਂ ਮਸਾਲਾ ਭੁੱਜਦਾ ਹੈਗਾ, ਜੀਰਾ ਜੂਰਾ ਪਾ ਕੇ ਮਸਾਲਾ ਭੁੱਜਦਾ ਹੈਗਾ, ਆਪਾਂ ਸਵਾਦ ਅਨੁਸਾਰ ਪਾਵਾਂਗੇ ਇਹਦੇ ਵਿੱਚ ਲੂਣ ਮਿਰਚ, ਕਿਉਂਕਿ ਮਸਾਲਾ ਉਹਨਾਂ ਚਿਰ ਭੁੰਨਾਂਗੇ ਜਿੰਨਾ ਚਿਰ ਤੱਕ ਨਾ ਤੇਲ ਨਹੀਂ ਸੜਦਾ। ਠੀਕ ਹੈ, ਆਲੂ ਪਕੌੜੇ ਬਣਾਵਾਂਗੇ, ਅਤੇ ਗੰਢੇ ਪਕੌੜੇ ਵੀ ਬਣ ਜਾਂਦੇ ਨੇ, ਆਲੂ ਪਕੌੜੇ ਵੀ ਬਣ ਜਾਂਦੇ ਨੇ, ਗੰਢੇ ਬੜੀਆਂ ਵੀ ਬਣ ਜਾਂਦੇ ਨੇ, ਆਲੂ ਬੜੀਆਂ ਵੀ ਬਣ ਜਾਂਦੇ ਨੇ। ਠੀਕ ਹੈ ਜੀ, ਵਾਹਿਗੁਰੂ ਤੰਦਰੁਸਤੀ ਰੱਖੇ ਸਾਰੇ ਘਰਾਂ ਦੇ ਵਿੱਚ। ਜੇ ਆਪਾਂ ਖੇੜੇ ਸੁੱਖ ਮੰਗਾਂਗੇ ਤਾਂ ਆਪਣੇ ਵਿਹੜੇ ਸੁੱਖ ਆਊਗੀ। ਠੀਕ ਹੈ ਜੀ, ਅਤੇ ਪਰਮਾਤਮਾ ਸਾਰਿਆਂ ਨੂੰ ਜਗ੍ਹਾ ਜਗ੍ਹਾ 'ਤੇ। ਇੱਕ ਅੰਬਰਸਰ ਤੋਂ ਭੈਣਾਂ ਨੇ ਰਾਤ ਕਮੈਂਟ ਕੀਤਾ ਸੀ, ਅਤੇ ਦੀਦੀ ਕਹਿੰਦੀ ਵੀ ਸਾਡੇ ਤਾਂ ਹਜੇ ਕਣਕ ਦੀ ਵਾਢੀ ਬਹੁਤ ਜ਼ਿਆਦਾ ਪਈ ਹੈ, ਵੀ ਸ਼ੁਰੂ ਹੀ ਹੋਈ ਹੈ। ਪਤਾ ਜੀ ਸਾਡੇ ਕਨੂਕ ਪਈਆਂ ਗਈਆਂ ਨੇ ਇੱਧਰੋਂ ਵੱਢ ਕੇ, ਕਹਿੰਦੇ ਰੋਜ਼ ਮੀਂਹ ਦੇ ਰਿਹਾ। ਦੀਦੀ ਸਾਡੇ ਵੀ ਇਸ ਤਰ੍ਹਾਂ ਹੀ ਹੈ ਸੰਗਰੂਰ ਜ਼ਿਲ੍ਹੇ 'ਚ, ਅਤੇ ਬਰਨਾਲਾ ਜ਼ਿਲ੍ਹਾ, ਸੰਗਰੂਰ ਜ਼ਿਲ੍ਹਾ ਜਿਹੜਾ ਹੈਗਾ ਨਾ ਬਹੁਤ ਜ਼ਿਆਦਾ
ਮਠਿਆਈ ਨਾਲ ਅਸੀਂ ਜਿਹੜੀ ਹਾੜੀ ਦੀ ਫਸਲ ਹੈ ਉਹ ਇਕੱਠੀ ਕਰੀ ਹੈ ਜੀ। ਵਾਹਿਗੁਰੂ ਜਿਵੇਂ ਸਾਡੀ ਹਾੜੀ ਦੀ ਫਸਲ ਇਕੱਠੀ ਕਰਾਈ ਹੈ ਵਾਹਿਗੁਰੂ ਨੇ, ਐਵੇਂ ਤੁਹਾਡੀ ਵੀ ਫਸਲ ਕਰਾ ਦੇ ਦੀਦੀ। ਬਹੁਤ ਦੁੱਖ ਆਇਆ ਲੱਗਿਆ ਵੀ ਤੁਹਾਡੀ ਫਸਲ ਖਰਾਬ ਹੁੰਦੀ ਆ, ਹੈ ਨਾ, ਮੀਂਹ ਪੈਂਦਾ। ਇੱਕ ਬਠਿੰਡੇ ਤੋਂ ਭੈਣ ਨੇ ਕਮੈਂਟ ਕੀਤਾ ਸੀਗਾ, ਕਹਿੰਦੀ ਦੀਦੀ ਸਾਡੇ ਬਠਿੰਡੇ ਜਿਹੜੇ 'ਚ ਗੜੇ ਬਹੁਤ ਪੈ ਗਏ, ਅਤੇ ਕਹਿੰਦੀ ਸਾਡਾ ਤੀਮਣਾ ਹੀ ਝਾੜ ਨਿਕਲਿਆ ਗਾ ਕਣਕ ਦਾ। ਬਹੁਤ ਦੁੱਖ ਆ ਜੀ ਦੀਦੀ, ਬਹੁਤ ਦੁੱਖ। ਮਹਿੰਗੇ ਭਾਰੇ ਠੇਕਾ, ਮਹਿੰਗੇ ਭਾਰਾ ਖਰਚਾ, ਹੈ ਨਾ, ਬਹੁਤ ਦੁੱਖ ਲੱਗਿਆ ਜਦੋਂ ਤੁਸੀਂ ਨਾ ਇਹ ਦੱਸਿਆ ਗਾ। ਮਨ ਬਹੁਤ ਔਖਾ ਹੋਇਆ, ਕੁਛ ਦੱਸ ਹੀ ਨਹੀਂ ਸਕਦੇ ਤੁਹਾਨੂੰ ਵੀ ਸਾਡਾ ਮਨ ਕਿੰਨਾ ਔਖਾ ਹੋਇਆ, ਕਿਉਂਕਿ ਆਪਾਂ ਨੂੰ 6 ਮਹੀਨੇ ਦੀ ਫਸਲ ਉਡੀਕ ਜਾਣੂ ਆਉਂਦੀ ਹੈਗੀ, ਅਤੇ ਇਹ ਤਾਂ ਮੈਨੂੰ ਬਿਲਕੁਲ ਵੀ ਨਹੀਂ ਹੈਗਾ ਵੀ ਚੱਲ ਮੇਰੀ ਫਸਲ ਇਕੱਠੀ ਹੋ ਗਈ, ਆਪਾਂ ਨੂੰ ਕਿਸੇ ਦਾ ਕੀ ਆ। ਜੇ ਆਪਾਂ ਖੇੜੇ ਸੁੱਖ ਮੰਗਾਂਗੇ ਤਾਂ ਆਪਣੇ ਵਿਹੜੇ ਸੁੱਖ ਆਊਗੀ, ਠੀਕ ਆ ਜੀ। ਅਤੇ ਵਾਹਿਗੁਰੂ ਤੰਦਰੁਸਤੀ ਰੱਖੇ ਭੈਣੇ, ਕੋਈ ਗੱਲ ਨਹੀਂ, ਬੱਚਿਆਂ ਨੂੰ ਤੰਦਰੁਸਤੀ ਚਾਹੀਦੀ ਆ, ਹੋਰ ਕੀ ਆ, ਫਿਰ ਆਪਾਂ ਤਾਂ ਮਨ ਸਮਝਾਉਣ ਦੀ ਗੱਲ ਆ, ਹੈ ਨਾ, ਬੱਚਿਆਂ ਨੂੰ ਤੰਦਰੁਸਤੀ ਚਾਹੀਦੀ ਹੈਗੀ। ਕੋਈ ਨਾ ਭੈਣੇ 6 ਮਹੀਨੇ ਆ ਜਾਣਗੇ, ਪਰ 6 ਮਹੀਨੇ ਕਿਸਾਨ ਨੂੰ ਬਹੁਤ ਔਖੇ ਆਉਂਦੇ ਨੇ ਜੀ, ਕਿਉਂਕਿ ਮਹਿੰਗੇ ਭਾਰਾ ਠੇਕਾ ਹੁੰਦਾ, ਮਹਿੰਗੇ ਭਾਰੇ ਖਰਚੇ ਨੇ ਭੈਣੇ, ਪਤਾ ਹੀ ਹੈਗਾ, ਹੈ ਨਾ। ਅਤੇ ਲਓ ਜੀ, ਗੱਲਾਂ ਕਰਦੇ ਕਰਦੇ ਆਪਣਾ ਮਸਾਲਾ ਜਿਹੜਾ ਉਹ ਪੱਕ ਗਿਆ, ਅਤੇ ਆਪਾਂ ਇਹਦੇ ਵਿੱਚ ਪਾਵਾਂਗੇ ਪਾਣੀ, ਜਿਹੜਾ ਪਾਉਣਾ ਮੈਂ ਇਕੱਠਾ ਹੀ ਪਾਣੀ ਪਾ ਦੇਣੀ, ਮੈਂ ਦੁਬਾਰਾ ਪਾਣੀ ਨਹੀਂ ਪਾਉਂਦੀ ਹੈਗੀ, ਕਿਉਂਕਿ ਫਿਰ ਨਾ ਉਹ ਹੋ ਜਾਂਦਾ, ਉਹੀ ਗੱਲ ਹੋ ਜਾਂਦੀ, ਰਿੱਝੇ ਮਾਂ ਨਾਲੋਂ ਧੀ ਸਿਆਣੀ ਰਿੱਝੇ ਪੱਕੇ ਪਾਵੇ ਪਾਣੀ। ਅਤੇ ਜਿਹੜਾ ਹੁਣ ਆਪਣਾ ਤੇਲ ਹੋਊਗਾ ਇਹ ਆਪਾਂ ਨਾ ਫਿਰ ਗੜਬੀ ਲਾ ਕੇ ਲੈ ਆਏ, ਇਹ 'ਚ ਮਠੀਰਾ ਹੋਇਆ ਤੇਲ ਹੀ ਆ ਗੜਬੀ 'ਚ। ਇਹ 'ਚ ਆਪਾਂ ਤੇਲ ਕੱਢਤਾ, ਖਾਣੇ ਨੂੰ ਗੁਰਮਨ, ਅਤੇ ਆਹ ਪਕੌੜੇ ਗੁਰਮਨ ਨੂੰ ਰੱਖ ਦਿੱਤੇ ਨੇ, ਕੱਲ੍ਹ ਨੂੰ ਇਹਨਾਂ ਨੂੰ ਬੇਸਣ ਵਾਧੂ ਪਿਆ ਗਾ, ਅਤੇ ਇਹਨਾਂ ਨੂੰ ਪਕੌੜੇ ਬਣਾ ਲਵਾਂਗੇ ਇਸ ਤਰ੍ਹਾਂ ਦੀ। ਬਾਈ ਦੂਜੇ ਪਕੌੜੇ ਅਸੀਂ ਆਲੂ ਪਕੌੜੇ ਨਹੀਂ ਬਣਾਉਣੇ, ਕਿਉਂਕਿ ਅੰਮ੍ਰਿਤ ਭੈਣ ਕੇ ਮਰਗਤ ਹੋਈ ਹੋਈ ਹੈ, ਹੈ ਨਾ, ਫਿਰ ਐਂ ਔਖਾ ਜਿਹਾ ਹੋ ਜਾਂਦਾ। ਅਤੇ ਆਪਾਂ ਇਸ ਸਬਜ਼ੀ ਵਾਲੀ ਪਕੌੜੀ ਬਣਾ ਲਵਾਂਗੇ, ਖਾ ਲੈਣਗੇ, ਖਾ ਲੈ ਪੁੱਤ, ਕੱਢ ਲੈ, ਠੰਡਾ ਹੋ ਜਾਂਦੇ ਪਰੇ ਨੂੰ। ਧਣੀਆ ਆਪਣਾ ਕੱਟ ਕੇ ਫਰਿੱਜ 'ਚ ਰੱਖਿਆ ਪਿਆ ਗਾ, ਉਹਦੇ ਸਬਜ਼ੀ ਵਾਲੇ ਭਾਈ ਨੇ ਖਾਸਾ ਦੇ ਦਿੱਤਾ ਸੀ, ਮੈਂ ਕੱਟ ਕੇ ਨਾ ਫਰਿੱਜ 'ਚ ਰੱਖ ਰੱਖਿਆ, ਜਦੋਂ ਆਪਣੀ ਸਬਜ਼ੀ ਬਣ ਗਈ ਆਪਾਂ ਧਣੀਆ ਪਾ ਦੇਵਾਂਗੇ। ਲਓ ਜੀ, ਆਪਣੀ ਸਬਜ਼ੀ ਨੂੰ ਤੜਕਾ ਲੱਗ ਗਿਆ, ਆਪਾਂ ਤੁਹਾਨੂੰ ਮਿਲਦਿਆਂ ਬਾਅਦ ਦੇ ਵਿੱਚ। ਲਓ ਜੀ, ਆਪਾਂ ਸਬਜ਼ੀ ਨੂੰ ਤੜਕਾ ਲਾ ਦਿੱਤਾ, ਚਾਹ ਬਚੀ ਪਈ ਸੀ, ਚਾਹ ਪੀ ਲਈ ਹੈ, ਅਤੇ ਹੁਣ ਆਪਣੇ ਤਾਂ ਥੋੜ੍ਹੇ ਚਾਹ ਵਾਲੇ ਭਾਂਡੇ ਰਹਿੰਦੇ ਨੇ, ਕੁਛ ਆਪਾਂ ਨੇ ਦੁੱਧ ਤੋਂ ਮਲਾਈ ਮਲੂਈ ਲਾਏ ਸੀ, ਉਹ ਭਾਂਡੇ ਮਾਂਜਣ ਵਾਲੇ ਰਹਿੰਦੇ ਨੇ। ਬਾਅਦ ਦੇ ਵਿੱਚ ਜਾਵਾਂਗੇ ਆਪਾਂ ਮੱਝਾਂ ਵੱਲ, ਕਿਉਂਕਿ ਉੱਧਰ ਸਾਰਾ ਕੰਮ ਹੀ ਹਜੇ ਆਪਣਾ ਪਿਆ ਹੈਗਾ, ਅਤੇ ਮੈਂ ਆਟਾ ਗੁੰਨ ਜਾਊਂਗੀ, ਰੋਟੀ ਬੀਬੀ ਬਣਾ ਲੂੰਗੀ। ਸਬਜ਼ੀ ਨੂੰ ਤੜਕਾ ਲਾ ਦਿੱਤਾ ਹੈ, ਅਤੇ ਦੁੱਧ ਬਾਅਦ ਤੋਂ ਮਲਾਈ ਲਾ ਦਿੱਤੀ ਹੈਗੀ, ਭਾਂਡੇ ਮਾਂਜ ਕੇ ਆਟਾ ਗੁੰਨ ਕੇ ਬਸ ਜਾਂਦੀ ਹਾਂ। ਉੱਧਰ ਟਾਈਮ ਹੈ ਜਿਹੜਾ 4:30 ਸੁਖਮਨ ਹੋਰੀਆਂ ਚਲੀਆਂ ਗਈਆਂ ਸਕੂਲ, ਅੱਜ ਮਜ਼ਦੂਰ ਡੇ ਸੀਗਾ, ਅੱਜ ਮਜ਼ਦੂਰ ਡੇ ਨੂੰ ਛੁੱਟੀ ਸੀ ਸਕੂਲ ਦੇ ਵਿੱਚ, ਅਤੇ ਤਾਂ ਕਰਕੇ ਨਾ ਘਰ ਸੀ ਸੁਖਮਨ ਹੋਰੀਆਂ, ਅਤੇ ਸਾਰੇ ਡੇ ਆ ਜਾਂਦਾ ਜਾਣੀ ਕਿ, ਹੈ ਨਾ, ਔਰਤ ਡੇ ਕਦੇ ਨਹੀਂ ਆਉਂਦਾ ਵੀ ਔਰਤ ਵਿਹਲੀ ਰਹੇ, ਵੀ ਹੈ ਨਾ ਸਾਰੇ ਭਾਈ ਰੋਟੀ ਪਕਾ ਕੇ ਦੇਣ ਵੀਰ,
ਅਤੇ ਘਰ ਦੇ ਜੋ ਵੀ ਘਰ ਵਾਲੇ ਨੇ ਚਾਹੇ ਮਾਂ ਪਿਓ ਆ ਕੋਈ ਵੀ ਆ ਹੈ ਨਾ ਉਹ ਰੋਟੀ ਪਕਾ ਕੇ ਦੇਵੇ ਅਤੇ ਭੈਣਾਂ ਖਾ ਸਕ ਲੈਣ ਹੈ ਨਾ ਅਤੇ ਭੈਣਾਂ ਨੂੰ ਛੁੱਟੀ ਨਹੀਂ ਹੁੰਦੀ ਘਰਦੀਆਂ ਨੂੰ ਹੈ ਨਾ ਘਰ ਦੇ ਕੰਮ ਕਰਨ ਵਾਲੀ ਔਰਤ ਨੂੰ ਕਦੇ ਛੁੱਟੀ ਨਹੀਂ ਹੁੰਦੀ ਜਿਹੜੀਆਂ ਮੁਲਾਜ਼ਮ ਭੈਣਾਂ ਨੇ ਉਹਨਾਂ ਨੂੰ ਵੀ ਛੁੱਟੀ ਹੋ ਜਾਂਦੀ ਆ ਕਿਉਂਕਿ ਐਤਵਾਰ ਆ ਜਾਂਦਾ ਵਿੱਚ ਅਤੇ ਐਤਵਾਰ ਨੂੰ ਹੈ ਨਾ ਰਹਿੰਦੀਆਂ ਜਿਹੜੀਆਂ ਘਰ ਵਾਲੀਆਂ ਘਰੇ ਕੰਮ ਕਰਦੀਆਂ ਨੇ ਭੈਣਾਂ ਉਹਨਾਂ ਨੂੰ ਕਦੇ ਛੁੱਟੀ ਨਹੀਂ ਹੁੰਦੀ ਹੈਗੀ ਅਤੇ ਬਾਕੀ ਸਿਰੇ ਇੱਕ ਕਮੈਂਟ ਭੈਣ ਨੇ ਕਮੈਂਟ ਕੀਤਾ ਸੀ ਉਹਨਾਂ ਦਾ ਭਤੀਜਾ ਸੀਗਾ ਜੀ ਉਹ ਨਾ ਦੂਸਰੇ ਨੰਬਰ 'ਤੇ ਆਇਆ 600 'ਚੋਂ 594 ਨੰਬਰ ਨੇ ਉਹਨਾਂ ਦੇ ਨਾਮ ਹੈ ਨਵਦੀਪ ਗਿੱਲ ਨਵਦੀਪ ਸਿੰਘ ਗਿੱਲ ਅਤੇ ਵਾਹਿਗੁਰੂ ਉਹ ਬੱਚੇ ਨੂੰ ਤਰੱਕੀਆਂ ਬਖਸ਼ੇ ਤੰਦਰੁਸਤੀ ਬਖਸ਼ੇ ਅਤੇ ਸਿਰ 'ਤੇ ਮਿਹਰ ਭਰਿਆ ਹੱਥ ਰੱਖੇ ਕਿਉਂਕਿ ਬੱਚੇ ਨੇ ਮਿਹਨਤ ਕੀਤੀ ਹੈ ਮਿਹਨਤ ਨੂੰ ਤਰੱਕੀਆਂ ਭੈਣੇ ਜ਼ਰੂਰ ਮਿਲਣਗੀਆਂ ਤੁਹਾਡੇ ਭਤੀਜੇ ਨੂੰ ਵਾਹਿਗੁਰੂ ਕਰੇ ਗਾਹਾਂ ਨੂੰ ਇੱਦੋਂ ਵੀ ਸਾਰੇ ਨੰਬਰ ਆਉਣ 100 'ਚੋਂ 100% ਆਉਣ ਅਤੇ ਮੇਰੀ ਤਾਂ ਇਹੀ ਦੁਆ ਸਾਰੀਆਂ ਭੈਣਾਂ ਦੇ 'ਚ ਬੇਟਾ 'ਚ ਬੇਟੀਆਂ ਨੇ ਅਤੇ ਬਹੁਤ ਬਹੁਤ ਤਰੱਕੀ ਕਰਨ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਕਮੈਂਟ ਪੜ੍ਹ ਕੇ ਤੁਸੀਂ ਸੋਹਣੇ ਸੋਹਣੇ ਕਮੈਂਟ ਕਰਦੇ ਹੋ ਮੇਰੇ ਲਈ ਇੰਨਾ ਪਿਆਰ ਕਰਦੇ ਹੋ ਅਤੇ ਮੈਂ ਕਦੇ ਇਹ ਸੋਚਿਆ ਨਹੀਂ ਸੀ ਹੈਗਾ ਕਿਉਂਕਿ ਵੀ ਮੇਰੀ ਇੰਨੇ ਵਧੀਆ ਜਾਣ ਪਛਾਣ ਹੋ ਭੈਣਾਂ ਨਾਲ ਅਤੇ ਵੀਰਾਂ ਨਾਲ ਭੈਣਾਂ ਨਾਲ ਜੋ ਵੀ ਮੇਰੇ ਨਾਲ ਵੀਰ ਵੀ ਬਹੁਤ ਸਾਰੇ ਜੁੜੇ ਹੋਏ ਨੇ ਬੇਟੇ ਵੀ ਜੁੜੇ ਹੋਏ ਨੇ ਪੁੱਤ ਵੀ ਜੁੜੇ ਹੋਏ ਨੇ ਗੁਰਵਿੰਦਰ ਸਿੰਘ ਵੀਰ ਜੀ ਨੇ ਹੈ ਨਾ ਅਤੇ ਉਹ ਵੀ ਬਹੁਤ ਵਧੀਆ ਮੇਰੀ ਹਰ ਰੋਜ਼ ਉਹਨਾਂ ਨੇ ਵੀਡੀਓ ਦੇਖਣੀਆਂ ਜੇ ਨਾ ਹੁਣ ਪਤਾ ਨਹੀਂ ਜਿਹੜੇ ਲਗਾਤਾਰ ਵਿਊਵਰ ਨੇ ਜੇ ਇਹ ਕਿਤੇ ਉਹ ਵਿਊਵਰਾਂ ਨੂੰ ਕੋਈ ਡਿੱਕਾ ਮਡਿੱਕਾ ਲੱਗ ਜਾਣਾ ਵੀ ਆਥਣੇ ਵੀਡੀਓ ਨਹੀਂ ਦੇਖ ਸਕਦੇ ਤਾਂ ਦੂਜੇ ਦਿਨ ਤੜਕੀ ਸੁਨੇਹੀ ਵੀਡੀਓ ਦੇਖਦੇ ਨੇਗੇ ਅਤੇ ਫਿਰ ਮੈਨੂੰ ਐਂ ਹੁੰਦਾ ਵੀ ਅੱਜ ਆਹ ਫਲਾਨੇ ਵਿਊਵਰ ਨੇ ਜਾਂ ਵੀਰ ਨੇ ਜਾਂ ਭੈਣ ਨੇ ਜਾਂ ਮੇਰੇ ਬੱਚੇ ਨੇ ਵੀਡੀਓ ਨੂੰ ਦੇਖੀ ਹੈਗੀ ਵੀ ਅੱਜ ਕੀ ਗੱਲ ਉਹਨਾਂ ਨੇ ਕਮੈਂਟ ਕਿਉਂ ਨਹੀਂ ਆਇਆ ਮੈਂ ਉਲਝਣ ਤਾਣੀ 'ਚ ਪੈ ਜਾਂਦੀ ਹਾਂ ਜਦੋਂ ਮੈਂ ਨਾ ਦੁਬਾਰੇ ਕੰਮ ਧੰਦਾ ਕਰਕੇ ਮੈਂ ਯੂਟਿਊਬ ਖੋਲਦੀ ਹਾਂ ਕਮੈਂਟ ਬਾਕਸ ਖੋਲਦੀ ਹਾਂ ਤੁਹਾਡੇ ਕਮੈਂਟ ਆਏ ਪਏ ਹੁੰਦੇ ਮੈਨੂੰ ਐਂ ਹੋ ਜਾਂਦਾ ਵੀ ਚਲੋ ਨਾ ਬਿਜ਼ੀ ਹੋਣਗੇ ਤਾਂ ਕਰਕੇ ਦੂਜੇ ਦਿਨ ਦੇਖ ਲਈ ਅਤੇ ਮੈਨੂੰ ਵੀ ਐਂ ਜਿਹੇ ਹੋ ਜਾਂਦਾ ਵੀ ਅੱਜ ਵਿਊਵਰ ਦੀ ਫਲਾਨੇ ਵਿਊਵਰ ਦਾ ਹੈ ਨਾ ਕਮੈਂਟ ਨਹੀਂ ਆਇਆ ਹੈਗਾ ਅਤੇ ਜੋ ਜਿਹੜੇ ਲਗਾਤਾਰ ਦੇਖਦੇ ਨੇ ਅਤੇ ਗੁਰਵਿੰਦਰ ਵੀਰਾ ਰੋਜ਼ ਹਰ ਰੋਜ਼ ਦੇਖਦਾ ਹੀ ਹੈ ਇੱਕ ਕੋਟ ਦੁਨੀਆ ਤੋਂ ਵਿਊਵਰ ਨੇ ਆਪਣੇ ਦੋ ਤਿੰਨ ਅਤੇ ਉਹਨਾਂ ਨੇ ਲਗਾਤਾਰ ਵੀਡੀਓ ਦੇਖਣੀ ਦੇਖਣੀ ਹੈਗੀ ਬਹੁਤ ਸਾਰੇ ਨੇ ਪੇ ਮੈਂ ਨਾਂ ਨਹੀਂ ਲੈ ਸਕਦੀ ਇੰਨਿਆਂ ਦੇ ਹੈ ਨਾ ਜਿਵੇਂ 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 ਮੈਨੂੰ ਨਾਂ ਯਾਦ ਆ ਜਾਂਦੇ ਨੇ ਮੈਂ ਲੈ ਵੀ ਲੈਂਦੀ ਹੈਗੀ ਅਤੇ ਧੰਨਵਾਦ ਆ ਜੀ ਤੁਹਾਡਾ ਅਤੇ ਤੁਹਾਡੀ ਸਪੋਰਟ ਨਾਲ ਮੇਰਾ ਚੈਨਲ ਖੜ੍ਹਾ ਹੋਇਆ ਇੱਥੇ ਤੱਕ ਪਹੁੰਚਿਆ ਅੱਗੇ ਵੀ ਤੁਸੀਂ ਪਹੁੰਚਾਉਣਾ ਹੈ ਨਾ ਅਤੇ ਬਾਕੀ ਸਿਰੇ ਆਪਾਂ ਨੂੰ ਐਂ ਹੁੰਦਾ ਹੈਗਾ ਵੀ ਹੈ ਨਾ ਤਰੱਕੀ ਤਰੱਕੀ ਦੇਖੋ ਜੀ ਹੈ ਨਾ ਪਬਲਿਕ ਨਹੀਂ ਦਬਾਉਣੀ ਹੁੰਦੀ ਆ ਵੀਰਾਂ ਭੈਣਾਂ ਨੇ ਅਤੇ ਬਹੁਤ ਬਹੁਤ ਧੰਨਵਾਦ ਇੱਥੇ ਤੱਕ ਪਹੁੰਚਾ ਆ ਸਾਨੂੰ ਅਤੇ ਅੱਗੇ ਵੀ ਉਮੀਦ ਹੈਗੀ ਹੈ ਸਾਨੂੰ ਬਹੁਤ ਜ਼ਿਆਦਾ ਉਮੀਦ ਹੈਗੀ ਅਤੇ ਜਿਹੜੀ ਵੀ ਮੈਂ ਮਨ ਦੇ ਵਿੱਚ ਇੱਛਾ ਧਾਰ ਲਾਂ ਅਤੇ ਮੇਰੀ ਪੂਰੀ ਹੁੰਦੀ ਹੈ ਅਤੇ ਵਾਹਿਗੁਰੂ ਹਰ ਇੱਕ ਦੀ ਪੂਰੀ ਕਰੇ ਅਤੇ ਮੈਨੂੰ ਅੱਜ ਦੀ ਘੜੀ ਕੋਈ ਦੁੱਖ ਤਕਲੀਫ ਨਹੀਂ ਹੈਗਾ ਅਤੇ ਮੇਰਾ ਸਹੁਰਾ ਪਰਿਵਾਰ ਵੀ ਵਧੀਆ ਮੇਰਾ ਪੇਕਾ ਪਰਿਵਾਰ ਵੀ ਵਧੀਆ ਚਾਰ ਸਪੇਰੇ ਮੈਂ ਸੌਖੀ ਹਾਂ ਥੋੜ੍ਹੀ ਜਿਹੀ ਅਸੀਂ ਅੰਮ੍ਰਿਤ ਕੰਨੀ ਔਖੇ ਹਾਂਗੇ ਬਹੁਤ ਔਖੇ ਹਾਂ ਥੋੜ੍ਹੇ ਨਹੀਂ ਅੰਮ੍ਰਿਤ ਕੰਨੀ ਸਾਨੂੰ ਬਹੁਤ ਤਕਲੀਫ ਆਊ ਘਰੋਂ ਨਹੀਂ ਪੈਸੇ 'ਚ ਖੇਡਦੀ ਹੈ ਪੈਸੇ 'ਚ ਵੀ ਖੇਡਦੀ ਹੈਗੀ ਅਤੇ ਸਾਰੀ ਚੀਜ਼ ਦੀ ਘਾਟ ਕੋਈ ਕਿਸੇ ਚੀਜ਼ ਦੀ ਘਾਟ ਨਹੀਂ ਪਰ ਜਿਹੜੇ ਸਾਡੇ ਜੀਜਾ ਜੀ ਨੇ ਉਹਨਾਂ ਦੀ ਘਾਟ ਸਾਨੂੰ ਹਮੇਸ਼ਾ ਰੜਕਦੀ ਹੈ ਸਾਹ ਸਾਹ ਨਾਲ ਰੜਕਦੀ ਰਹਿੰਦੀ ਹੈਗੀ ਅਤੇ ਬਸ ਹੋਰ ਮੈਨੂੰ ਕੋਈ ਘਾਟ ਨਹੀਂ ਹੈਗੀ ਸਾਨੂੰ ਕਿਸੇ ਪਰਿਵਾਰ ਨੂੰ ਵੀ ਅਤੇ ਵਾਹਿਗੁਰੂ ਸਾਹਿਬ ਦੇ ਘਰਾਂ ਵਿੱਚ ਤੰਦਰੁਸਤੀ ਰੱਖੇ ਔਖੀ ਘੜੀ ਮੈਂ ਤਾਂ ਕਹਿੰਦੀ ਹਾਂ ਕਿਸੇ ਨੂੰ ਬੈਰੀ ਤੋਂ ਬੈਰੀ ਨੂੰ ਵੀ ਨਾ ਰੱਬ ਦਿਖਾਵੇ ਠੀਕ ਹੈ ਜੀ ਬੈਰੀ ਤੋਂ ਬੈਰੀ ਨੂੰ ਵੀ ਨਾ ਰੱਬ ਔਖੀ ਘੜੀ ਦਿਖਾਵੇ ਔਖੀ ਘੜੀ ਬਹੁਤ ਔਖੀ ਹੈ ਜੀ ਦੇਖਣੀ ਅਤੇ ਹਿੰਮਤ ਨਾਲ
ਔਖੀ ਘੜੀ ਲੰਘਦੀ ਆ, ਬਹੁਤ ਹਿੰਮਤ ਨਾਲ ਲੰਘਦੀ ਹੈ ਅਤੇ ਵਿਚਾਰੀ ਡੋਲਦੀ ਨਹੀਂ। ਫਿਰ ਵੀ ਜਦੋਂ ਐਡਾ ਦੁਬਾਰੇ ਫਿਰ ਦੁੱਖ ਲੱਗ ਗਿਆ ਹੈ ਨਾ, ਮਨ ਡੋਲਦਾ ਆਪਦਾ ਵੀ ਡੋਲਦਾ, ਇੱਕ ਕੰਮ ਕਰੇ ਬਿਨਾਂ ਹੱਸੇ ਖੇਡੇ ਬਿਨਾਂ ਟਾਈਮ ਬਿਲਕੁਲ ਨਹੀਂ ਲੰਘਦਾ ਹੈਗਾ। ਵਾਹਿਗੁਰੂ ਤਰੱਕੀਆਂ ਬਖਸ਼ੇ ਨਵਦੀਪ ਸਿੰਘ ਬੇਟਾ ਤੁਹਾਨੂੰ, ਅਤੇ ਤੰਦਰੁਸਤੀ ਬਖਸ਼ੇ ਅਤੇ ਪੜ੍ਹੋਂਗੇ ਵਧੀਆ ਹੈ ਨਾ, ਮਾਂ ਪਿਓ ਦਾ ਨਾਂ ਰੋਸ਼ਨ ਹੁੰਦਾ। ਬਹੁਤ ਬਹੁਤ ਧੰਨਵਾਦ ਤੁਹਾਡਾ, ਅਤੇ ਆਪਾਂ ਮਿਲਦੇ ਹਾਂ ਜੀ ਫਿਰ। ਹੁਣ ਮੇਰਾ ਮੂਡ ਅਪਸੈਟ ਹੋ ਗਿਆ ਅਤੇ ਆਪਾਂ ਫਿਰ ਬਾਅਦ 'ਚ ਗੱਲ ਕਰਦੇ। ਆਪਾਂ ਨੇ ਧਾਰਾਂ ਕੱਢ ਲਈਆਂ ਨੇ, ਜਿਹੜਾ ਟਾਈਮ ਸਵਾਸੀ ਹੋ ਗਏ, ਅਤੇ ਹੁਣ ਆਪਾਂ ਨਾ ਮਾੜਾ ਦਮ ਲੈ ਲਈਏ। ਦੁੱਧ ਬਾਅਦ ਸਾਂਭਿਆਂਗਾ, ਲੱਸੀ ਕਰਨ ਵਾਲਾ ਲੱਸੀ ਕਰਤੀ, ਗਰਮ ਕਰਨ ਵਾਲਾ ਗਰਮ ਕਰਤਾ, ਡੈਰੀ 'ਚ ਪਾਉਣ ਵਾਲਾ ਕੇਨੀ 'ਚ ਪਾਤਾ, ਅਤੇ ਧਾਰ ਚੋ ਕੇ ਵੀ ਬਹੁਤ ਟਾਈਮ ਲੱਗ ਜਾਣਾ ਦੁੱਧ ਬਾਅਦ ਸਾਂਭਣ 'ਤੇ। ਉੱਧਰ ਪਹਿਲਾਂ ਮੈਂ ਬਾੜੀ ਰਮਾਈ, ਮੈਂ ਇੱਕ ਮਾਜਰੀ ਧਾਰ ਚੋ ਲਿਆ ਕਰਾਂ, ਬਾੜੀ ਰਮਾ ਲਿਆ ਕਰਾਂ, ਪਾਣੀ ਪਿਆ ਲਿਆ ਕਰਾਂ, ਕਿਆਰੀ ਬਦਲ ਦਿਆ ਕਰਾਂ, ਅਤੇ ਇਸ ਕਰਕੇ ਮੈਂ ਪਹਿਲਾਂ ਬਾੜੀ ਰਮਾਈ ਹੈਗੀ। ਅਤੇ ਕੰਮ ਧੰਦੇ ਹਨ ਸਾਰਾ ਦਿਨ ਨਹੀਂ ਮੁੱਕਦੇ। ਆਹ ਹਜੇ ਕਣਕ ਅੱਜ ਅੰਦਰ ਧਰਾਂਗੇ ਜੀ, ਕਣਕ ਨੂੰ ਪਈ ਰਹਿਣ ਦਾਂਗੇ ਜੀ, ਕਣੀਆਂ ਕੁਣੀਆਂ ਆ ਗਏ, ਰਾਤ ਹਨੇਰੀ ਆ ਗਈ, ਮੈਂ ਉੱਠ ਕੇ ਦੇਖਾਂ, ਮੈਂ ਬੱਦਲ ਤਾਂ ਨਹੀਂ ਹੈਗੇ। ਅਤੇ ਕਣਕ ਕੱਲ੍ਹ ਧੋਤੀ ਸੀਗੀ, ਸੁੱਕੀ ਨਹੀਂ ਹੈਗੀ ਹਜੇ, ਅਤੇ ਕਣਕ 'ਚ ਦੋ ਤਿੰਨ ਵਾਰੀ ਹੱਥ ਮਾਰ ਦਿੱਤਾ ਹੈਗਾ, ਹੁਣ ਸਰਦਾਰ ਜੀ ਪੈਰ ਮਾਰੀ ਜਾਂਦੇ। ਅਤੇ ਕਈ ਦਿਨ ਸੁੱਕੂ ਜੀ, ਜਦੋਂ ਜਿਹੜੀ ਹਾੜੀ ਦੀ ਫਸਲ ਹੁੰਦੀ ਹੈ ਜੀ, ਬਹੁਤ ਸਾਰੀ ਉਹ ਹੁੰਦੀ ਹੈ, ਜੀਰੀ ਤਾਂ ਵੱਢ ਕੇ ਆਪਾਂ ਮੰਡੀ ਸੁੱਟ ਦਿੰਦੇ ਹਾਂ, ਕਿਉਂਕਿ ਕਣਕ ਰੱਖਣੀ ਪੈਂਦੀ ਹੈ ਮੱਝਾਂ ਵਾਸਤੇ, ਆਪਦੇ ਖਾਣ ਵਾਸਤੇ, ਜਿਹੜੀ ਮਸ਼ੀਨ 'ਚ ਆਉਂਦੀ ਆ ਉਹ ਪਹਿਲਾਂ ਝਾਰੋ, ਫਿਰ ਧੋਵੋ, ਫਿਰ ਸੁਕਾਵੋ, ਸਰੋਂ ਹੋ ਜਾਂਦੀ ਆ, ਕਈ ਫਸਲਾਂ ਹੋ ਜਾਂਦੀਆਂ ਨੇ ਹਾੜੀ ਦੀਆਂ 'ਚ ਨਹੀਂ ਕੇ, ਤਾਂ ਕਰਕੇ ਵੱਧ ਟਾਈਮ 'ਚ ਲੱਗਦਾ ਆਪਾਂ ਨੂੰ ਕਣ ਜੀਰੀ ਵੱਢਣ ਵੇਲੇ, ਪਤਾ ਨਹੀਂ ਲੱਗਦਾ, ਟਰਾਲੀਆਂ ਆਈ ਜਾਂਦੀਆਂ ਨੇ ਮੰਡੀ 'ਚ, ਢੇਰੀਆਂ ਲੱਗੀ ਜਾਂਦੀਆਂ ਨੇ, ਹੈ ਨਾ ਜੀ। ਚਲੋ ਜੀ, ਹੁਣ ਆਪਾਂ ਤੁਹਾਨੂੰ ਦਿਖਾਉਂਦੇ ਹਾਂ ਵੀ ਧਾਰਾਂ 'ਚ ਆਉਣ ਤੋਂ ਬਾਅਦ ਅਸੀਂ ਮੱਝਾਂ ਦਾ ਕਿਸ ਤਰ੍ਹਾਂ ਕੰਮ ਕਰਦੇ ਹਾਂਗੇ। ਅਤੇ ਹੁਣ ਮੈਂ ਇੱਧਰ ਦੁੱਧ ਬਾਹਰ ਵਾਲਤਾ, ਸਾਰਾ ਸਮਾਂ ਸਾਂਭਤਾ, ਫਿਰ ਨਹਾ ਕੇ ਬਸ ਮੱਝਾਂ ਨਮੇੜ ਕੇ ਨਹਾ ਕੇ ਜੋਤ ਧੂਪ ਲਾ ਲਵਾਂਗੇ ਆਪਾਂ, ਠੀਕ ਹੈ। ਇਸ ਤਰ੍ਹਾਂ ਆਪਾਂ ਕੰਮ ਕਰ ਦਿਆਂਗੇ, ਸਾਰੀਆਂ ਭੈਣਾਂ ਹੀ ਇਸ ਤਰ੍ਹਾਂ ਕਰਦੀਆਂ ਨੇਗੀਆਂ। ਅਤੇ ਹੁਣ ਅੱਜ ਕੁਛ ਠੰਡ ਆ, ਪਤਾ ਨਹੀਂ ਤਾਂ ਰਾਤ ਕਿਸੇ ਪਾਸੇ ਗੜੇ ਪਏ ਨੇਗੇ, ਠੰਡ ਬਹੁਤ ਅੱਜ, ਅਤੇ ਰਾਤ ਵੀ ਪੱਖੇ ਨਾਲ ਵੀ ਠੰਡ ਲੱਗਦੀ ਸੀਗੀ, ਸਵੇਰੇ ਵੀ ਉੱਠਦਿਆਂ ਨੂੰ ਠੰਡ ਲੱਗਦੀ ਸੀ, ਮੀਂਹ ਪਿਆ ਰਾਤ ਜਾਂ ਗੜੇ ਗੁੜੇ ਪਏ ਨੇ ਕਿਤੇ, ਸਾਡੇ ਤਾਂ ਸੁੱਖ ਸ਼ਾਂਤ ਆ ਹਜੇ। ਚਲੋ ਜੀ, ਆਪਾਂ ਚੱਲਦੇ ਮੱਝਾਂ ਵੱਲ, ਅੱਜ ਥੋੜ੍ਹਾ ਬਹੁਤਾ ਕੱਟਾ ਵੀ ਲੋਟ ਆ, ਇਹਨੂੰ ਦੇਈਏ ਤੇਲ ਅਤੇ ਹਲਦੀ, ਕੱਟੇ ਵੀ ਸ਼ੀਸ਼ੀ 'ਚ ਪਾ ਕੇ, ਆਹ ਕਾਗਜ਼ ਕੂਗਜ਼ ਸਭ ਚੁਕਾਉਣ ਵਾਲੇ ਨੇ ਸਾਰੇ ਬੋਰੀਆਂ 'ਚ ਪਾਏ ਹੋਏ ਸੀ ਜਿਹੜੇ। ਦਿਨੇ ਤਾਂ ਇਸ ਸਾਈਡ 'ਤੇ ਹੁੰਦੀਆਂ ਨੇ ਆਪਣੇ ਮੱਝਾਂ, ਕੁਛ ਆਹ ਖੁਰਲੀ 'ਤੇ ਹੁੰਦੀਆਂ ਨੇ, ਕੁਛ ਆਹ ਵਾਲੇ ਕਿੱਲਿਆਂ 'ਤੇ ਹੁੰਦੀਆਂ ਨੇ, ਹੁਣ ਆਪਾਂ ਉਹ ਵਾਲੇ ਕਿੱਲਿਆਂ 'ਤੇ ਬੰਨਾਂਗੇ। ਤੇ ਹਵਾ ਚੱਲਦੀ ਹੈਗੀ, ਜਦੋਂ ਗਰਮੀ ਹੋ ਗਈ ਫਿਰ ਸਾਈਡ ਦੇ ਅੰਦਰਲੇ ਪਾਸੇ ਬੰਨ ਕੇ ਆ ਸਾਈਡ ਵਾਲੇ ਪੱਖੇ ਲਾ ਦਿਆ ਕਰਾਂਗੇ, ਫਿਰ ਤਾਂ ਨਾ ਬਾਹਰੇ ਹਵਾ ਚੱਲਦੀ ਹੁੰਦੀ, ਫਿਰ ਤਾਂ ਲੋੜ ਨਹੀਂ ਪੈਂਦੀ। ਦੋ ਕਿਲੋ
ਕੱਟੇ ਗਏ ਉਹ ਵੀ ਕੱਟਾਂਗੇ। ਸਰਦਾਰ ਜੀ ਪੱਟਦੇ ਨੇ ਕੱਖ ਸਵੇਰ ਵਾਲੇ ਹੁਣ ਪਾਉਣਗੇ। ਦਾਣੇ ਪਾਵਾਂਗੇ ਧੋਤੀਆਂ ਹੋਈਆਂ ਇੱਟ ਧਰੀ ਹੋਈ ਆ ਤੜਕ ਧੋ ਕੇ ਧਰੀਆਂ ਨੇ ਇਹਦਾ ਪਾਟੀ ਹੋਈ ਆ ਉਹ ਦੂਜੀਆਂ ਧੋਤੀਆਂ ਹੋਈਆਂ ਤੜਕੇ ਮੈਂ ਆਪੇ ਚੁਕਾ ਦੂੰ ਉੱਥੇ ਕਬਾੜੀ ਹੁਣ ਮੈਂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਰ ਦਿਓ।
ਤੇ ਮਿਲਾਂਗੇ ਕੱਲ੍ਹ ਨੂੰ ਕਿਸੇ ਨਵੇਂ ਵਲੋਗ ਨਾਲ। ਅੱਜ ਦੇ ਵਲੋਗ ਦਾ ਇੱਥੇ ਐਂਡ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ।